ਇਹ ਮੇਰੇ ਤੋਂ 15 ਸਾਲ ਛੋਟੀ ਆ ਸਰ ਇਹਨੂੰ ਬੋਲਣ ਦਾ ਨਹੀਂ ਪਤਾ ਤੂੰ ਕਰਕੇ ਕਹਿੰਦੀ ਆ ਵੀ ਪੁੱਤ ਮੈਂ ਤੈਨੂੰ ਸਭ ਕੁਝ ਸਿਖਾਉਂਗੀ ਪੱਗ ਲਾਉਂ ਦੱਸ ਪੱਗ ਇਹਨੇ ਮੈਨੂੰ ਐਦਾਂ ਕਿਹਾ ਵੀ ਮੈਂ ਤੇਡੀ ਪੱਗ ਲਾਉਂ ਪੱਗ ਲਾ ਕੇ ਪੈਰਾਂ 'ਚ ਰੋਲੂਗੀ ਮੀ ਇਹਦਾ ਕੰਮ ਇਹ ਸਵੇਰ ਤੋਂ ਬਹਿ ਜਾਂਦੀ ਆ ਸਾਹਮਣੇ ਜੇ ਪਿਸ਼ਾਬ ਜਾਂਦਾ ਵਾ ਪਿਸ਼ਾਬ ਦੀ ਵੀ ਵੀਡੀਓ ਬਣਾਉਂਦੀ ਆ ਇਹ ਲੋਕਾਂ ਲਿਗ ਰਹੇ ਨੇ ਬਾਥੂਮੇ ਉਹਨਾਂ ਨੂੰ ਲੋਕ ਕਰਾ ਦਿੰਦੀ ਆ ਸਾਰੇ ਸਾਰੇ ਨੇ ਮੈਨੂੰ ਕੁੜੀਆਂ ਦੀਆਂ ਗਾਲਾਂ ਹੁਣੇ ਕੱਢ ਦਿੱਤੀਆਂ ਮੈਂ ਸਰ ਇਹਦੇ ਕੋਲ ਜੈ ਸਰ ਟੀਚਰ ਕੋ ਸੁਣੇ ਨੇ ਸੁਣਿਆ ਕਿ ਨਹੀਂ ਸੁਣਿਆ ਦੱਸੋ ਮੈਂ ਮੈਂ ਕਹਿੰਦੇ ਮੈਂ ਮੈਂ ਕੋਈ ਬੋਲਿਆ ਕੋਈ ਇਸ ਤਰ੍ਹਾਂ ਦੇ ਬੋਲਿਆ ਕੋਈ ਕਹਦਾ ਮੈਂ ਵੀ ਇੱਥੇ ਕੁੜੀ-ਕੁੜੀ ਕਿਹ ਲੋਤੀ ਆਪਾਂ ਚ ਕਾਲ ਕੁੜੀਆਂ ਕੁੜੀ ਦੀਆਂ ਨੇ ਕੋਈ ਕਾਲ ਕੱਢਿਆ ਕਿ ਨਹੀਂ ਤੇਰੀ ਪਾਗਲਾ ਕੇ ਪੈਰਾਂ ਚ ਰੋਲੂਗੀ ਤੂੰ ਡਬਲ ਬਰੀਡ ਮੈਂ ਤੈਨੂੰ ਇਹੋ ਜਿਹੇ ਜਿਹੜੇ ਸ਼ਬਦਾਂ ਨਾਲ ਜਿਹੜਾ ਮੈਨੂੰ ਸੰਬੋਧਨ ਕੀਤਾ ਗਿਆ ਵਾ ਇਹ ਕੀ ਕਰਦੇ 2 2 3 3 ਦਿਨਾਂ ਦੀ ਜਿਹੜੀ ਹਾਜ਼ਰੀ ਇਕੱਠੀ ਲਾਉਂਦੀ ਮੈਂ ਜਦੋਂ ਨਹੀਂ ਆਈ ਮੈਂ ਆਪਣੇ ਟਾਈਮ ਨਾਉਣ ਆ ਟਾਈਮ ਨਾ ਜਾਣਾ ਛੁੱਟੀ ਮੇਰੀ ਆਨਲਾਈਨ ਦੋ ਤਿੰਨ ਦਿਨ ਦੀ ਹਾਜ਼ਰੀ ਜਿਹੜੀ ਇਕੱਠੀ ਲਾ ਲੈਂਦੇ ਨੇ ਦੂਜੀ ਗੱਲ ਇਹ ਜੇ ਕਿ ਫਰ ਲੋ ਆਈਏ 9 ਵਜੇ ਦਾ ਟਾਈਮ ਆ ਤੇ ਆਈਏ ਆਪਾਂ 11 ਵਜੇ ਹਾਜ਼ਰੀ ਲਾ ਕੇ ਤੇ ਮੈਂ ਆਪਣੇ ਇਹਨਾਂ ਦਾ ਪ੍ਰਾਈਵੇਟ ਸਕੂਲ ਆ ਜੀ ਧਪਿੰਦਰ ਸਿੰਘ ਦਾ ਪਰ ਪ੍ਰਾਈਵੇਟ ਸਕੂਲ ਆ ਨਾਲ ਕਿਹੜੀ ਜਗ੍ਹਾ ਪ੍ਰਾਈਵੇਟ ਸਕੂਲ ਜੀ ਬਾਸਰ ਕੇ ਬਾਸਰ ਕੇ ਇਹਨਾਂ ਦਾ ਪਿੰਡ ਆ ਜੀ ਇਥੋਂ ਤੱਕ ਕਿ ਪੱਟਾਂ ਦੇ ਹੱਥ ਹੱਥ ਮਾਰ ਕੇ ਮੈਂ जाट ਹਾਂ ਮਜਾਟਿਆ ਤੁਸੀਂ ਕੀ ਜੇ ਰੰਦਾਵੇ ਤੋਂ ਪਤਾ ਲੱਗ ਜਾਂਦਾ ਮੇਰੀ ਕਾਸ ਤੋਂ ਮੇਰਾ ਪਤਾ ਲੱਗ ਜਾਣਾ ਵੀ ਮੈਂ ਕੀ ਚੀਜ਼ ਹਾਂ ਠੀਕ ਹੈ ਜੀ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈਗੀ ਆਪਾਂ ਆਪਣੇ ਬੋਲ ਕੇ ਨਹੀਂ ਦੱਸ ਸਕਦੇ ਵੀ ਆਪਾਂ ਕੀ ਚੀਜ਼ ਹਾਂ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਵੀ ਇਸ ਤਰ੍ਹਾਂ ਬੋਲ ਕੇ ਮੈਂ ਤੈਨੂੰ ਹੈਡ ਨਹੀਂ ਮੰਨਦਾ ਮੈਂ ਆਂਦਾ ਤੈਨੂੰ ਇੱਥੇ ਰਹਿਣ ਦੇ ਪਹਿਲੇ ਦਿਨ ਮੈਨੂੰ ਇਹਨਾਂ ਨੇ ਚੈਲੰਜ ਕੀਤਾ ਆਪ ਲਗਾ ਰਹੀ ਨੇ ਕੀ ਗਾਲੀ ਗਲੋਚ ਕੀਤਾ ਮੇਰੇ ਨਾਲ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਸਰ ਜਿੱਥੋਂ ਮੈਂ ਇਹ ਗੱਲ ਕੀਤੀ ਵੀ ਘਰ ਤੁਸੀਂ ਆਪਣੀ ਕੁੜੀ ਦੇ ਨਾਲ ਵੀ ਇਸ ਤਰ੍ਹਾਂ ਗੱਲ ਕਰਦੇ ਮੇਰਾ ਇਹ ਜਵਾਬ ਸੀ ਮੇਰਾ ਇਹ ਜਵਾਬ ਜਿਹੜਾ ਇਹਨਾਂ ਨੇ ਮੈਨੂੰ ਗੱਲਾਂ ਕੇ ਕੀਤੀਆਂ ਜਦੋਂ ਆਪ ਮਾਰਨਿੰਗ ਅਸੈਂਬਲੀ ਕਰਾਉਂਦੇ ਆ ਨਾ ਉਹਦੇ ਵਿੱਚ ਜੋ ਵਰਡ ਆਉਂਦੇ ਉਹਨਾਂ ਦੇ ਗਲਤ मीनिंग ਕੜ-ਕੜ ਕੇ ਤੇ ਦੱਸਿਆ ਜਾਂਦਾ ਠੀਕ ਹੈ ਜੀ ਪੀਟੀ ਕਰਾਉਂਦੇ ਆ ਤੁਸੀਂ ਵੀ ਪੜ੍ਹੇ ਜੇ ਮੈਂ ਵੀ ਪੜ੍ਹੀ ਆ ਮੈਂ ਪੜ੍ਹਾਉਣ ਵੀ ਡਈ ਆ ਆ ਕਿਹੜੀਆਂ ਤਰੀਕਾ ਆ ਪੀਡੀਆਂ ਕਿਹੜੀਆਂ ਆ ਮੈਨੂੰ ਦੱਸੋ ਪਹਿਲਾਂ ਬੱਚਿਆਂ ਦੇ ਸਾਹਮਣੇ ਗਾਲੀ ਗਲੋਚ ਹੋਵੇਗਾ ਇਦਾਂ ਦੀਆਂ ਗੱਲਾਂ ਹੋਣਗੀਆਂ ਤੇ ਬੱਚੇ ਬੱਚਿਆਂ ਦਾ ਕੀ ਸਰਪਉ ਹੋ ਸਰ ਉਹ ਬੱਚੇ ਬਿਲਕੁਲ ਇਥੋਂ ਵਿਗੜ ਕੇ ਬੱਚੇ ਜਾਣਗੇ ਜਿਹੜੇ ਬਹੁਤ ਘਟੀਆਂ ਬੱਚੇ ਬਣ ਜਾਣਗੇ ਫਿਰ ਆਪਾਂ ਬੱਚਿਆਂ ਨੂੰ ਵਿਗਾੜਨ ਲਈ ਇੱਥੇ ਐਡਮਿਸ਼ਨ ਕਰਾਈਏ ਮਾਂ ਪਿਓ ਨੇ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਦੋਸਤ ਸਰਵਜਿੰਦਰ ਧਾਵਾ ਇਸ ਵਕਤ ਮੌਜੂਦ ਹਾਂ ਅਟਾਰੀ ਹਲਕੇ ਦੇ ਸਕੂਲ ਰਾਮੂਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਕਿ ਕੁਝ ਸਮਾਂ ਪਹਿਲਾਂ ਹੀ ਇੱਥੇ ਵਿਵਾਦ ਹੋਇਆ ਔਰ ਬੱਚੇ ਜਿਹੜੇ ਨੇ ਜੇ ਬੱਚਿਆਂ ਦੀ ਗਿਣਤੀ ਦੀ ਗੱਲ ਕਰਾਂ ਤਾਂ 40 ਦੇ ਕਰੀਬ ਬੱਚੇ ਸੀ ਇਸ ਵਕਤ ਮਹਿਜ਼ 15 ਤੋਂ 16 ਬੱਚੇ ਸਕੂਲ ਦੇ ਵਿੱਚ ਹਾਜ਼ਰੀ ਨੇ ਸਕੂਲ ਦਾ ਮਾਹੌਲ ਜਿਹੜਾ ਪਿੰਡ ਵਾਸੀਆਂ ਦਾ ਕਹਿਣਾ ਕਿ ਟੀਚਰਾਂ ਵੱਲੋਂ ਇਸ ਕਦਰ ਖਰਾਬ ਕੀਤਾ ਗਿਆ ਕਿ ਬੱਚੇ ਜਿਹੜੇ ਨੇ ਉਹ ਸਕੂਲ ਨੂੰ ਛੱਡ ਕੇ ਪ੍ਰਾਈਵੇਟ ਸਕੂਲ ਵੱਲ ਨੂੰ ਚਲੇ ਗਏ ਨੇ ਇਸ ਤਰ੍ਹਾਂ ਵੇ ਆਪਦੇ ਨਾਲ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਬੱਚੇ ਜਿਹੜੇ ਨੇ ਉਹ ਬੈਠੇ ਪੜ ਰਹੇ ਨੇ ਕਿਸੇ ਟਾਈਮ ਤੇ ਗਿਣਤੀ ਜਿਹੜੀ ਬੱਚਿਆਂ ਦੀ 40 ਤੋਂ 45 ਜਿਹੜੀ ਦੱਸੀ ਜਾਂਦੀ ਸੀ ਪਰ ਅੱਜ 15 16 ਦੇ ਕਰੀਬ ਜਿਹੜੇ ਬੱਚੇ ਇੱਥੇ ਰਹਿ ਗਏ ਨੇ ਚਾਰ ਟੀਚਰ ਨੇ ਔਰ ਕਈ ਕਈ ਸਕੂਲ ਅਜਿਹੇ ਨੇ ਜਿੱਥੇ ਕਿ ਬੱਚੇ ਹੈਗੇ ਨੇ ਪਰ ਟੀਚਰ ਨਹੀਂ ਨੇ ਪਰ ਇੱਥੇ ਬੱਚੇ ਨਹੀਂ ਨੇ ਪਰ ਟੀਚਰ ਜਿਹੜੇ ਨੇ ਉਹ ਚਾਰ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਇਥੋਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਜਿਹੜੇ ਟੀਚਰ ਨੇ ਉਹਨਾਂ ਦੇ ਨਾਲ ਕਿ ਆਖਰ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਲੰਮੇ ਸਮੇਂ ਤੋਂ ਜਿਹੜਾ ਵਿਵਾਦ ਇਸ ਸਕੂਲ ਦੇ ਵਿੱਚ ਚੱਲ ਰਿਹਾ ਇੱਕ ਹੈਡ ਟੀਚਰ ਨੇ ਜਿਨ੍ਹਾਂ ਦੇ ਨਾਲ ਦੂਸਰੇ ਟੀਚਰ ਦਾ ਜਿਹੜਾ ਵਿਵਾਦ ਹੈ ਕਿਤੇ ਨਾ ਕਿਤੇ ਇਸ ਵਿਵਾਦ ਦੇ ਵਿੱਚ ਬੱਚੇ ਜਿਹੜੇ ਨੇ ਉਹ ਪਿਸਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਡਾ ਫਿਲਹ ਜੋ ਜਿਹੜੇ ਸਕੂਲ ਦੇ ਮਾਸਟਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆਂ ਅੰਜੀ ਸਰ ਬਾਹਰ ਆ ਜਾਓ ਇੱਕ ਮਿੰਟ ਗੱਲਬਾਤ ਕਰ ਲੈਨੇ ਕਿ ਆਖਰ ਕੀ ਸਾਰਾ ਮਾਜਰਾ ਫਿਰ ਜਿਹੜੇ ਮੈਮ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ 40 ਤੋਂ 45 ਕੁ ਫਿਰ ਦੱਸ ਦੇਵਾਂ ਕਿ 40 ਤੋਂ 45 ਦੇ ਕਰੀਬ ਇੱਥੇ ਬੱਚੇ ਸਨ ਪਰ ਹੁਣ ਇਸ ਵਕਤ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਮਹਿਜ਼ ਜਿਹੜੀ 15 16 ਦੇ ਕਰੀਬ ਰਹਿ ਗਈ ਹਾਂਜੀ ਸਰ ਹਾਂਜੀ ਕੀ ਨਾ ਜੀ ਸਰ ਭਵਿੰਦਰ ਸਿੰਘ ਹੈ ਮੇਰਾ ਨਾਮ ਉਹ ਕਹਿੰਦਾ ਸੀ ਜੀ ਕੀ ਹੋਇਆ ਅੱਜ ਸਾਰਾ ਪਿੰਡ ਇਕੱਠਾ ਹੋਇਆ ਸਕੂਲ ਦੇ ਵਿੱਚ ਰੌਲਾ ਪਿਆ ਕੀ ਕਾਰਨ ਸਾਰਾ ਇਹ ਜਿਹੜਾ ਵਾ ਇੱਕ 9:30 ਵਜੇ ਸਾਰਾ ਨੰਬਰ ਜਿਸਟਰਸਰ ਜਿਸਤ ਮਿਲਿਆ ਆ ਹਦੀ ਲਉਣ ਵਾਸਤੇ ਸਰ ਮੈਂ ਆਪਣੀਆਂ ਕਮਰੇਜ ਵਹਾੜ ਦੀ ਲਾ ਕੇ ਤੇ ਉਹ ਦੂਜਾ ਮੁੰਡਾ ਹੈਂਡੀਕੈਪ ਆ ਉਹਨੇ ਕਿਹਾ ਮੈਨੂੰ ਵੀ ਮਨੂਰ ਜਿਸਟਰ ਦੇ ਦੋ ਸਰ ਮੈਂ ਜਦੋਂ ਰਜਿਸਟਰ ਲੈ ਕੇ ਤੇ ਆਪਣੇ ਉਹਦੇ ਵੱਲ ਜਾ ਰਿਹਾ ਵਾਂ ਇਹ ਮੇਰੇ ਟੇਬਲ ਦੇ ਉੱਤੇ ਉਹਦੇ ਜਾ ਕੇ ਤੇ ਫਿਰ ਇਹਨੂੰ ਮੈਨੂੰ ਵੱਧ ਘੱਟ ਜਿਹੜਾ ਸ਼ਬਦ ਬੋਲਨੇ ਸ਼ੁਰੂ ਕਰ ਦਿੱਤੇ ਵੀ ਤੂੰ ਕੌਣ ਹੈ ਰਜਿਸਟਰ ਨੂੰ ਦੇਣ ਵਾਲਾ ਜਿਸਟਰ ਜਿਹੜੀ ਆ ਸਾਰੀ ਜੜੀ ਰਜਾਈਆ ਉਹ ਅੰਦਰ ਹੀ ਲਗਣੀਆਂ ਕਿਉਂਕਿ ਉਹ ਉਥੋਂ ਦਫ਼ਤਰ ਉੱਥੋਂ ਤੱਕ ਤੁਰ ਕੇ ਅੰਦਰ ਨਹੀਂ ਜਾ ਸਕਦਾ ਬਾਥਰੂਮ ਇੱਕ ਮਿੰਟ ਰੋਕਿਆ ਤੁਹਾਨੂੰ ਕਿਹਨੇ ਨੇ ਉਹ ਸਕੂਲ ਦੇ ਕੀ ਹੈ ਟੀਚਰ ਨੇ ਹੈਡ ਟੀਚਰ ਨਮਨਦੀਤ ਕੌਰ ਆਈ ਸਾਨੂੰ ਕਹਿੰਦੀ ਆ ਜਿਹੜਾ ਵੀ ਭਾਵੇਂ ਜਿਹੜਾ ਵੀ ਉਹ ਹੈ ਦੀ ਅੰਦਰ ਲਾਉਣੀ ਹੈ ਇਹ ਆ ਦੀ ਅੰਦਰ ਹੀ ਲਾਉਣੇ ਆ ਸਾਲ ਅਸੀਂ ਜਿਹੜਾ ਸਮੇਂ ਤੇ 9:30 ਤੋਂ ਜੇ ਪਹਿਲਾ ਸਹਾਰੀ ਆ ਜਿੰਨੇ ਸਾਨੂੰ ਰਜਿਸਟਰ 9:30 ਵਜੇ ਹੈ ਦੀ ਲਾਉਣ ਵਾਸਤੇ ਮਿਲਦਾ ਵਾ ਅਸੀਂ ਜਦੋਂ 9:00 ਵਜੇ ਆ ਜੰਨੇ ਆਪਣੇ ਪ੍ਰੇਰ ਕਰਾਉਣ ਲੱਪੈਨੇ ਆ ਸਲਾਈਡ ਬੋਲਦੇ ਆ ਮੈਂ ਮੇਰੀ ਮੈਂ ਵੀਡੀਓ ਵੀ ਤੁਹਾਨੂੰ ਦੇ ਸਕਦਾ ਵਾਂ ਜਿਹਦੇ ਵਿੱਚ ਵਚਨ ਪੀਟੀ ਕਰਾਉਣਾ ਵਾ ਇਹ ਸਾਰੀ ਸਲਾਈਡ ਮੈਂ ਬੋਲ ਰਿਹਾ ਵਾਂ ਸਲਾਈਡ ਬੋਲ ਬੋਲ ਕੇ ਰਾਸ਼ਟਰੀ ਕਾਨ ਬੋਲਦਿਆਂ ਮੈਂ ਰਾਸ਼ਟਰੀ ਕਾਨ ਦੇ ਵਿੱਚ ਵੀ ਮੈਡਮ ਜਿਹੜੇ ਖੜੇ ਨੇ ਹੁੰਦੇ ਪ੍ਰੇਅਰ ਦੇ ਵਿੱਚ ਕਦੇ ਵੀ ਜਿਹੜੇ ਆਉ ਸੰਭਲਿਉਂਦੇ ਕਹਿੰਦੀ ਮੈਰੀ ਜਿਹੜੀ ਪੋਸਟ ਆ ਜਿਹੜੀ ਪ੍ਰਬੰਧਕੀ ਪੋਸਟ ਆ ਇਹ ਪ੍ਰੇਅਰ ਜਿਹੜੀ ਤੁਹਾਂ ਕਰਾਉਣੀ ਇਹਨੇ ਆਰਡਰ ਵੀ ਕੱਢਿਆ ਹੋਇਆ ਵਾ ਪੀ ਪ੍ਰੇਰ ਜਿਹੜੀ ਆ ਉਹ ਸਾਰੇ ਤਿੰਨ ਤੋਹਾਂ ਟੀਚਰਾਂ ਨੇ ਕਰਾਉਣੀ ਆ ਪ੍ਰੇਰ ਦੇ ਵਿੱਚ ਸ਼ਾਮਲ ਨਹੀਂ ਮੈਂ ਹੁਣ ਆ ਪ੍ਰੇਰ ਦੇ ਨੱਕ 'ਚ ਅੱਜ ਜਿਹੜਾ ਵਿਵਾਦ ਹੋਇਆ ਆਪਾਂ ਗੱਲ ਨੂੰ ਲੰਬੀ ਨਹੀਂ ਖਿੱਚਦੇ ਅੱਜ ਜਿਹੜਾ ਵਿਵਾਦ ਹੋਇਆ ਕਿਸ ਚੀਜ਼ ਲੈ ਕੇ ਹੋਇਆ ਸਰ ਅੱਜ ਜਿਸ ਤੇ ਜਿਹੜਾ ਵਾਏ ਆਪਣੇ ਦਫ਼ਤਰ ਤੋਂ ਜਿਹੜਾ ਟੀਚਰ ਜਿਹੜਾ ਹੈਂਡੀਕੈਪ ਟੀਚਰ ਹੈ ਸਚਦੇਵ ਨੂੰ ਰਜਿਸਟਰ ਦੇਣ ਦਾ ਵਿਵਾਦ ਹੋਇਆ ਵਾਬੀ ਉਹਨੂੰ ਰਜਿਸਟਰ ਕਿਉਂ ਤੂੰ ਤੂੰ ਉਹਨੂੰ ਜਾ ਕੇ ਰਜਿਸਟਰ ਕਿਉਂ ਹਾਰੀ ਲਾਉਣ ਲਈ ਦਿੱਤਾ ਵਾ ਨਹੀਂ ਉਹ ਟੀਚਰ ਦਾ ਕਹਿਣਾ ਕਿ ਤੁਹਾਡੇ ਵੱਲੋਂ ਉਹਨਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਇੱਕ ਲੇਡੀ ਨੂੰ ਇੱਕ ਲੇਡੀ ਨੂੰ ਗਾਲੀ ਗਲੋਚ ਕਰਨ ਦਾ ਆ ਬਿਲਕੁਲ ਝੂਠਾ ਮੈਂ ਕੋਈ ਗਾਲੀ ਗਲੋਚ ਨਹੀਂ ਕੀਤਾ ਕੋਈ ਇਹ ਨਹੀਂ ਇਹ ਤੋਂ ਇਹ ਕੋਈ ਇਹ ਕੋਈ ਸ਼ਬਦ ਨਹੀਂ ਹੋਇਆ ਜੀ ਇਹਨੇ ਮੈਨੂੰ ਕਿਹਾ ਵੀ ਇਹਨੇ ਮੈਨੂੰ ਕੁੜੀਆਂ ਦੀਆਂ ਗਾਲਾਂ ਸਗੋਂ ਕੱਢੀਆਂ ਵਾ ਤੇ ਮੈਂ ਨੂੰ ਇਹਨੇ ਕਿਹਾ ਵੀ ਤੂੰ ਆਪਣੇ ਪਿਓ ਨਾਲ ਇਦਾਂ ਹੀ ਬੋਲਦੀ ਆ ਇਹਨੇ ਮੈਨੂੰ ਕਿਹਾ ਵੀ ਜਿਹੜਾ ਵਾ ਮੈਂ ਇਹਨੂੰ ਜਵਾਬ ਦਿੱਤਾ ਜੇ ਉਹਨੇ ਕੁੜੀ ਦੀ ਗਾਲ ਕੱਢ ਦਿੱਤੀ ਆ ਉਸ ਤੋਂ ਬਾਅਦ ਮੈਨੂੰ ਕਿਹਾ ਵੀ ਤੂੰ ਆਪਣੇ ਪਿਓ ਨਾਲ ਵੀ ਇਦਾਂ ਹੀ ਬੋਲਦੀ ਆ ਭਾਜੀ ਛੋਟੇ ਛੋਟੇ ਬੱਚੇ ਪੜ੍ਹਦੇ ਨੇ ਇੱਥੇ ਮੈਂ ਵੇਖ ਰਿਹਾ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਇੱਕ ਵਾਰੀ ਕਿ ਛੋਟੇ-ਛੋਟੇ ਬੱਚੇ ਜਿਹੜੇ ਇੱਥੇ ਪੜ੍ਹਦੇ ਨੇ ਪਰ ਜੇ ਇਹਨਾਂ ਬੱਚਿਆਂ ਦੇ ਸਾਹਮਣੇ ਇਹ ਬੱਚੇ ਉਹ ਨੇ ਜਿਹੜੇ ਸਕੂਲ ਤੋਂ ਸਿੱਖਿਆ ਲੈਣ ਆਉਂਦੇ ਨੇ ਕੁਝ ਸਿੱਖਣ ਲਈ ਆਉਂਦੇ ਨੇ ਪਰ ਜੇ ਅਜਿਹੇ ਬੱਚਿਆਂ ਸਾਹਮਣੇ ਅਜਿਹਾ ਮਾਹੌਲ ਪੈਦਾ ਕੀਤਾ ਜਾਵੇਗਾ ਗਾਲੀ-ਗਲੋਚ ਕੀਤਾ ਜਾਵੇਗਾ ਤਾਂ ਅਜਿਹੇ ਬੱਚੇ ਜਿਹੜੇ ਆ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਕੀ ਸਿੱਖ ਕੇ ਜਿਹੜਾ ਉਹ ਜਾਣਗੇ ਭਾਈ ਤੁਹਾਨੂੰ ਨਹੀਂ ਲੱਗਦਾ ਕਿ ਸਕੂਲ ਦਾ ਮਾਹੌਲ ਖਰਾਬ ਹੁੰਦਾ ਚਾਹੇ ਤੁਹਾਡੇ ਵੱਲੋਂ ਗਾਲੀ-ਗਲੋਚ ਕੀਤਾ ਗਿਆ ਹੋਵੇ ਚਾਹੇ ਮੈਮ ਵੱਲੋਂ ਕੀਤਾ ਗਿਆ ਹੋਵੇ ਲੱਗਦਾ ਨਹੀਂ ਕਿ ਬੱਚਿਆਂ ਤਾਂ ਕੀ ਐਸੇ ਬਹੁਤ ਇਹ ਪ੍ਰੇਅਰ ਦੇ ਵਿੱਚ ਅਸੀਂ ਦੱਸਣਾ ਹੁੰਦਾ ਵਾ ਪ੍ਰੇਅਰ ਦੇ ਵਿੱਚ ਜਦੋਂ ਦੱਸਦੇ ਹਾਂ ਹਰ ਰੋਜ਼ ਕਦੀ ਕਿਹੇ ਪੰਚਾਇਤ ਦੇ ਮੈਂਬਰ ਨੂੰ ਬੁਲਾ ਕੇ ਇੱਕ ਦਿਨ ਨੇ ਜਿਹੜਾ ਵਾ ਕੋਕੀ ਹੀ ਕੋਕ ਦੇ ਨਾਲ ਨਦੀ ਸਾਹਿਬ ਦੀ ਕੋਕ ਦੇ ਘਰ ਵਾਲੇ ਨੂੰ ਲਿਆ ਕੇ ਸਾਨੂੰ ਉਦੋਂ ਵੀ ਵੱਧ ਘੱਟ ਬੁਲਾਇਆ ਵਾ ਉਸੇ ਵੇਲੇ ਆਪਣੇ ਗਰੁੱਪ ਦੇ ਵਿੱਚ ਜਿਹੜਾ ਅਸੀਂ ਜਿਹੜਾ ਸਾਡਾ WhatsApp ਗਰੁੱਪ ਬਣਿਆ ਸਕੂਲ ਦਾ ਉਹਦੇ ਵਿੱਚ ਮੈਂ ਉਸ ਵੇਲੇ ਪਾ ਦਿੱਤਾ ਵੀ ਜਿਹੜਾ ਕੋਕ ਦਾ ਜਿਹੜਾ ਘਰ ਵਾਲਾ ਵਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਗਿਆ ਮੈਂ ਤੁਹਾਨੂੰ ਸਵਾਲ ਸਿਰਫ ਇੰਨਾ ਕੀਤਾ ਕਿ ਬੱਚਿਆਂ ਦੇ ਸਾਹਮਣੇ ਗਾਲੀ ਗਲੋਚ ਹੋਵੇਗਾ ਇਦਾਂ ਦੀਆਂ ਗੱਲਾਂ ਹੋਣਗੀਆਂ ਤੇ ਬੱਚੇ ਬੱਚਿਆਂ ਤੇ ਕੀ ਅਸਰ ਪਊਗਾ ਸਰ ਉਹ ਬ ਕੱਟੀਆਂ ਬੱਚੇ ਬਣ ਜਾਣਗੇ ਤੇ ਫਿਰ ਆਪਾਂ ਬੱਚਿਆਂ ਨੂੰ ਵਗਾੜਨ ਲਈ ਇੱਥੇ ਐਡਮਿਸ਼ਨ ਕਰਾਈ ਹੈ ਮਾਂ ਪਿਓ ਨੇ ਆਪਾਂ ਜੇ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਰਹੇ ਆ ਅਸੀਂ ਸਕੂਲ ਦੇ ਟੀਚਰ ਆ ਅਸੀਂ ਬੱਚਿਆਂ ਨੂੰ ਸਿਖਾਉਣਾ ਪਰ ਜੋ ਇਹਨਾਂ ਬੱਚਿਆਂ ਸਾਹਮਣੇ ਗਾਲੀ ਗਲੋਚ ਹੋਊਗਾ ਤਾਂ ਫਿਰ ਤਾਂ ਬੱਚੇ ਇਹੀ ਸਿੱਖਣਗੇ ਨਾ ਸਰ ਮੇਰੇ ਨਾਲ ਸਰ ਮੈਨੂੰ ਇਹ ਮੈਡਮਾਂ ਵੱਲੋਂ ਜਿਹੜਾ ਵਾ ਵੀ 19 ਤਰੀਕ ਜਿਹੜਾ 20 ਤਰੀਕ ਨੂੰ ਵੀ ਸਾਰੇ ਇਹੋ ਆ ਮੈਂ ਤੇਰੀ ਪਾਗ ਲਾ ਕੇ ਪੁੱਤ ਮੈਂ ਤੈਨੂੰ ਆ ਗਿਆ ਮੈਂ ਹੁਣ ਫੇਰ ਆ ਗਿਆ ਮੈਂ ਤੈਨੂੰ ਮਜਾ ਸਿਖਾਉਂਗੀ ਤੇਰੀ ਪਾਗ ਲਾ ਕੇ ਪੈਰਾਂ ਚ ਰੋਲੂਗੀ ਤੂੰ ਡਬਲ ਮੈਂ ਤੈਨੂੰ ਇਹੋ ਜਿਹੇ ਜਿਹੜੇ ਸ਼ਬਦਾਂ ਨਾਲ ਜਿਹੜਾ ਮੈਨੂੰ ਸੰਬੋਧਨ ਕੀਤਾ ਗਿਆ ਵਾ ਸਾਰਾ ਉਹ ਤੋਂ ਬਾਅਦ ਜਿਹੜਾ ਸਾਰੀ ਮੈਂ ਜਿਹੜਾ ਵਾ ਦੱਸਿਆ ਗਿਆ ਵਾ ਵੀ ਇਹ ਇਹ ਸ਼ਬਦ ਅਸੀਂ ਸੁਣ ਨਹੀਂ ਸਕਦੇ ਸਰ ਇਹੋ ਬੱਚਿਆਂ ਦੇ ਸਾਹਮਣੇ ਆ ਕਿ ਜੇ ਇਹੋ ਜਿਹੇ ਸ਼ਬਦ ਸੁਣਨਗੇ ਤੇ ਬੱਚੇ ਕੀ ਕੀ ਸਾਡੇ ਕੋਲ ਕੀ ਸਿੱਖੇ ਜਾਣਗੇ ਬਿਲਕੁਲ ਜੀ ਤੁਸੀਂ ਆਪ ਸੁਣਿਆ ਕਿ ਕਿਸ ਤਰ੍ਹਾਂ ਦੀਆਂ ਗਾਲਾਂ ਜਿਹੜੀਆਂ ਬੱਚਿਆਂ ਸਾਹਮਣੇ ਕੱਢੀਆਂ ਜਾਂਦੀਆਂ ਔਰ ਸਭ ਤੋਂ ਵੱਡੀ ਗੱਲ ਇੱਥੇ ਦੱਸ ਦੇਵਾਂ ਕਿ 40 ਬੱਚੇ ਨੇ ਮਹਿਜ਼ 15-16 ਦੀ ਗਿਣਤੀ ਉਹਨਾਂ ਦੀ ਰਹਿ ਚੁੱਕੀ ਹੈ ਕਾਰਨ ਵੀ ਕੀ ਹੈ ਕਿ ਬੱਚੇ ਆਖਰ ਮਾਪਿਓ ਕਿਉਂ ਭੇਜਣ ਜੇ ਸੇ ਸਕੂਲ ਦਾ ਇਹੋ ਜਿਹਾ ਇੱਕ ਸਕੂਲ ਦੇ ਹਾਲਾਤ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਤੁਸੀਂ ਦੇਖ ਰਹੇ ਹੋ ਕਿ ਕਮਰੇ ਜਿਹੜੇ ਬਣਾਏ ਗਏ ਨੇ ਪਰ ਅੱਜ ਕੱਲ ਜੇ ਵੇਖਿਆ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਸਕੂਲਾਂ ਨੂੰ ਗ ਸਕੂਲਾਂ ਦਾ ਸੁੰਦਰੀਕਰਨ ਜਿਹੜਾ ਕੀਤਾ ਜਾ ਰਿਹਾ ਪਰ ਇਸ ਸਕੂਲ ਦੇ ਵਿੱਚ ਤੁਹਾਨੂੰ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ ਕਾਰਨ ਕੀ ਹੈ ਕਿ ਕਿਤੇ ਕਿਤੇ ਅਧਿਆਪਕਾਂ ਦਾ ਆਪਸੀ ਵਿਵਾਦ ਜਿਹੜਾ ਉਹ ਬੱਚਿਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦਾ ਹੋਇਆ ਨਜ਼ਰ ਆ ਰਿਹਾ ਨੇ ਜਿੰਨਾ ਟੀਚਰ ਦੇ ਉੱਪਰ ਜਿਹੜੇ ਟੀਚਰ ਦੇ ਉੱਪਰ ਇਲਜ਼ਾਮ ਜਿਹੜੇ ਇਹਨਾਂ ਵੱਲੋਂ ਲਗਾਏ ਗਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕੂਲ ਦੀ ਤਸਵੀਰ ਜਿੱਥੋਂ ਬੱਚੇ ਕੁਝ ਸਿੱਖਣ ਆਉਂਦੇ ਨੇ ਬੱਚੇ ਸਿੱਖਿਆ ਗ੍ਰੈਂਡ ਕਰਨ ਆਉਂਦੇ ਨੇ ਬੱਚੇ ਜਿਹੜੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਉਹਨਾਂ ਬੱਚਿਆਂ ਦੇ ਨਾਲ ਜਿਹੜਾ ਜਿਹੜਾ ਸਾਹਮਣੇ ਕਿਸ ਤਰ੍ਹਾਂ ਦਾ ਵਤੀਰਾ ਜਿਹੜਾ ਉਹ ਇਹਨਾਂ ਅਧਿਆਪਕਾਂ ਵੱਲੋਂ ਕੀਤਾ ਜਾਂਦਾ ਟੀਚਰ ਮੌਜੂਦ ਨੇ ਹੈਡ ਟੀਚਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਮ ਨਾਮ ਦੱਸੋ ਨਵਨੀਤ ਕੌਰ ਸੋਹੀ ਜੀ ਅਨਵਨੀਤ ਜੀ ਇੱਕ ਮਿੰਟ ਨਵਨੀਤ ਜੀ ਜਿਹੜਾ ਅੱਜ ਵਿਵਾਦ ਹੋਇਆ ਜਿਹੜਾ ਇੱਥੇ ਲੰਮਾ ਵਿਵਾਦ ਉਹਨਾਂ ਦਾ ਇਲਜ਼ਾਮ ਹੈ ਕਿ ਗਾਲੀ ਗਲੋਚ ਮੇਰੇ ਨਾਲ ਕੀਤਾ ਗਿਆ ਬੱਚਿਆਂ ਦੇ ਸਾਹਮਣੇ ਕਿੰਨੀ ਕ ਸੱਚਾਈ ਹੈ ਇਹਦੇ ਵਿੱਚ ਸਰ ਇਹ ਬਿਲਕੁਲ ਝੂਠ ਹੈ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਹ ਜਦੋਂ ਮੈਂ ਸਾਲ ਪਹਿਲਾਂ ਇੱਥੇ ਜੁਆਇਨ ਕੀਤੀ ਹਾਂ ਉਦੋਂ ਹੀ ਮੈਨੂੰ ਜੁਆਇਨ ਨਹੀਂ ਕਰਵਾਇਆ ਗਿਆ ਕੋਈ ਮੈਨੂੰ ਸਕੂਲ ਦਾ ਚਾਰਜ ਨਹੀਂ ਦਿੱਤਾ ਗਿਆ ਇਸੇ ਕਰਕੇ ਕਿਉਂਕਿ ਇਹਨਾਂ ਦੀ ਆਪਣੀਆਂ ਮਨਮਾਨੀਆਂ ਚੱਲਦੀਆਂ ਇਹ ਬਿਲਡਿੰਗ ਤੁਸੀਂ ਵੇਖ ਲੈਂਦੇ ਜੀ ਸਾਰੇ ਸਕੂਲਾਂ ਦੇ ਵਿੱਚ ਜਾ ਹੀ ਰਹੇ ਜੇ ਜੋ ਗਰੰਟ ਆਈਆਂ ਕੋਈ ਨਹੀਂ ਲੱਗੀ ਠੀਕ ਹੈ ਜੀ ਇੱਥੋਂ ਤੱਕ ਕਿ ਇੱਥੇ ਜਿਹੜੇ ਨਾਲ ਮੇਰੇ ਇੱਕ ਦੋ ਜਿਹੜੇ ਟੀਚਰ ਮੈਡਮ ਤਤਲਾ ਉਹਨਾਂ ਨੇ ਜੁਆਇਨ ਕਰਨਾ ਹੀ ਪਹਿਲਾਂ ਮੈਨੂੰ ਜੁਆਇਨ ਕਰਾਣਾ ਅੱਗੇ ਤੇ ਫਿਰ ਇੱਥੇ ਉਹ ਮਤਲਬ ਬੈਠੇ ਤੇ ਇਹਨਾਂ ਨੇ ਕੀ ਕੀਤਾ ਭੀ ਉਹ ਇੱਟਾਂ ਦੇ ਬਿਠਾਇਆ ਮੈਨੂੰ ਪਤਾ ਸੀਗਾ ਵੀ ਗ੍ਰਾਂਟ ਆਈ ਹੋਈ ਆ ਤੇ ਇਹਨਾਂ ਨੂੰ ਇਹ ਗੱਲ ਕਹੀ ਕਿ ਵੀ ਜਿਹੜੀ 12000 ਗ੍ਰਾਂਟ ਆਈ ਆ ਨਾ ਪਲੀਜ਼ ਹੁਣ ਕਿਤੇ ਵਰਤਿਓ ਨਾ ਉਹਦੀ ਆਪਾਂ ਮੇਜ਼ ਕੁਰਸੀਆਂ ਲਿਆਉਣੀਆਂ ਇੱਥੋਂ ਤੱਕ ਕਿ ਇਹਨਾਂ ਨੇ ਮਤਾ ਬੁੱਕ ਦੇ ਵਿੱਚ ਵੀ ਇਹ ਚੀਜ਼ ਲੇਖ ਦਿੱਤੀ ਕਿ ਮੈਡਮ ਘੁੰਮਣ ਵਾਲੀ ਕੁਰਸੀ ਮੰਗਦੀ ਆ ਤੇ ਮੈਡਮ ਨੇ ਦੋ ਤਿੰਨਾਂ ਗੱਡੀਆਂ ਦੇ ਵਿੱਚ ਆਈ ਆ ਮੈਡਮ ਨੂੰ ਮੈਂ ਪਕੌੜੇ ਖਵਾਏ ਆ ਬਰਫੀ ਖਵਾਈ ਮੇਰੇ ਕੋ ਸਬੂਤ ਹੈਗਾ ਜੀ ਦੂਜੀ ਗੱਲ ਜੀ ਅੱਛਾ ਮੈਨੂੰ ਉਦੋਂ ਦਾ ਹੀ ਇਹਨਾਂ ਨੇ ਰਿਸਪੌਂਸ ਕਿਸੇ ਟੀਚਰ ਨੇ ਵੀ ਨਹੀਂ ਦਿੱਤਾ ਮੈਨੂੰ ਕੋਈ ਇਹਨਾਂ ਨੇ ਰਿਸਪੌਂਸ ਨਹੀਂ ਦਿੱਤਾ ਠੀਕ ਹੈ ਮੇਰੀ ਪਰਮਾਨੈਂਟ ਪ ਮੈਂ ਇੱਥੇ ਇਸ ਕਰਕੇ ਆਈ ਹਾਂ ਕਿ ਇਹ ਮੈਨੂੰ ਰਿਸਪੌਂਸ ਦੇਣਾ ਠੀਕ ਹੈ ਮੈਂ ਸ਼ਹਿਰ ਛੱਡ ਕੇ ਆਪਣਾ ਸ਼ਹਿਰੀ ਆਪਣਾ ਪੱਤਾ ਜੋ ਵੀ ਹੁੰਦਾ ਛੱਡ ਕੇ ਤੇ ਇੱਥੇ ਆਈ ਸੀਗੀ ਇਹਨਾਂ ਨੇ ਮੈਨੂੰ ਬਹੁਤ ਬੇਇੱਜ਼ਤੀ ਕੀਤੀ ਉਹਦੇ ਵੀ ਗਾਲ੍ਹਾਂ ਮੰਦਾ ਕਿਤੇ ਇੱਥੋਂ ਤੱਕ ਕਿ ਇੱਥੇ ਸਾਡੇ ਹੋਰ ਵੀ ਸਭ ਬੈਠੇ ਹੀ ਆੜ ਗਵਣ ਵਾਲੇ ਵੀ ਲੋਕ ਵੀ ਸੀਗੇ ਤੇ ਜਦੋਂ ਇਹਨਾਂ ਚਾਰਜ ਲੈਣ ਵਾਸਤੇ ਸਾਡੇ ਬੀਓ ਸਰ ਨੇ ਸੀ ਮੈਂ ਪੁੱਛਣਾ ਚਾਹਣਾ ਇੱਥੇ ਵਿਵਾਦ ਕੀ ਹੈ ਅਧਿਆਪਕ ਅਧਿਆਪਕ ਜਿਹੜੇ ਹੁੰਦੇ ਨੇ ਆਪਸ ਦੇ ਵਿੱਚ ਮਿਲ ਕੇ ਬੱਚਿਆਂ ਨੂੰ ਪੜਾਉਂਦੇ ਨੇ ਚੰਗੀ ਸਿੱਖਿਆ ਦਿੰਦੇ ਨੇ ਪਰ ਇੱਥੇ ਇਹੋ ਜਿਹਾ ਜਿਹੜਾ ਕਿਹੜਾ ਵਿਵਾਦ ਹੈ ਜਿਹੜਾ ਆਪਸ ਵਿੱਚ ਗ ਅਤੇ ਇਹ ਜੇ ਕਿ ਇੱਥੇ ਪਹਿਲਾਂ ਜਿਹੜੇ ਟੀਚਰ ਆ ਨਾ ਇਹ ਸਰਦਮਾ ਕੇ ਸ਼ਰਾਬ ਪੀ ਕੇ ਆਉਂਦੇ ਸੀਗੇ ਦੋਨੇ ਫਿਰ ਉਹਨਾਂ ਦਾ ਟਾਈਮ ਸਿਰ ਨਹੀਂ ਆਣਾ ਦੋਨਾਂ ਨੇ ਠੀਕ ਹੈ ਜੀ ਫਿਰ ਇਹ ਕੀ ਕਰਨਾ ਕਿ ਇੱਥੇ ਜਿਹੜਾ ਛੋਟਾ ਜਿਹਾ ਪਿੰਡ ਆ ਔਰ ਇਹਨਾਂ ਨੇ ਪਿੰਡ ਦੇ ਵਿੱਚ ਕੀ ਚੀਜ਼ ਬਣਾਈ ਸੀ ਕਿ ਇਹ ਚੀਜ਼ ਬਣਾਈ ਸੀ ਵੀ ਸਾਡੀਆਂ ਡਿਊਟੀਆਂ ਲੱਗੀਆਂ ਵਾਂ ਜਿਸ ਦਿਨ ਮੈਂ ਸਕੂਲ ਦੇਖਣਾ ਹੀ ਉਦੋਂ ਵੀ ਇਹ ਟੀਚਰ ਇੱਥੇ ਨਹੀਂ ਸੀਗੇ ਜਿੱਦਨ ਮੈਂ ਜੁਆਇਨ ਕਰਨਾ ਹੀ ਉਦੋਂ ਵੀ ਨਹੀਂ ਸੀਗੇ ਇੱਥੇ ਜਦੋਂ ਮੈਂ ਆਈਆਂ ਬਾਅਦ ਜਿਹੜੇ ਸਿੱਖਿਆ ਪ੍ਰੋਵਾਈਡਰ ਮੈਡ ਉਹਨਾਂ ਨੇ ਫੋਨ ਕਰਕੇ ਸੱਦਿਆ ਵੀ ਟੀਚਰ ਆ ਕੇ ਜੁਆਇਨ ਕਰਨ ਵਾਸਤੇ ਇਹ ਕੀ ਕਰਦੇ ਦੋ ਦੋ ਤਿੰਨ ਦਿਨ ਦਿਨਾਂ ਦੀ ਜਿਹੜੀ ਹਾਜ਼ਰੀ ਇਕੱਠੀ ਲਾਉਂਦੀ ਮੈਂ ਜਦੋਂ ਨਹੀਂ ਆਈ ਮੈਂ ਆਪਣੇ ਟਾਈਮ 'ਨਾ ਆਣਾ ਟਾਈਮ 'ਨਾ ਜਾਣਾ ਛੁੱਟੀ ਮੇਰੀ ਆਨਲਾਈਨ ਦੋ ਤਿੰਨ ਦਿਨ ਦੀ ਹਾਜ਼ਰੀ ਜਿਹੜੀ ਇਕੱਠੀ ਲਾ ਲੈਂਦੇ ਨੇ ਠੀਕ ਹੈ ਜੀ ਮੈਂ ਟਾਈਮ 'ਨਾ ਆਣਾ ਟਾਈਮ ਨਾ ਜਾਣਾ ਉਹ ਇਹਨਾਂ ਨੂੰ ਪ੍ਰੋਬਲਮ ਖੜੀ ਹੋ ਗਈ ਵੀ ਮੈਡਮ ਦੇ ਟਾਈਮ ਨਾ ਆਉਂਦੇ ਸਾਨੂੰ ਵੀ ਟਾਈਮ ਨਾਲ ਕਹਿੰਦੇ ਆ ਕਿਉਂਕਿ ਮੇਰੇ ਅਫਸਰ ਸਾਹਿਬਾਂ ਸਾਰੇ ਬੀਓ ਸਰ ਨੂੰ ਪੁੱਛ ਸਕਦੇ ਜੋ ਤੁਸੀਂ ਸਾਰੀਆਂ ਕੋਰਸ ਮੈਣ ਕਰ ਲਈਆਂ ਹੋਈਆਂ ਠੀਕ ਹੈ ਦੂਜੀ ਗੱਲ ਇਹ ਜੇ ਕਿ ਫਰ ਲੋ ਆਈਐਸ 9 ਵਜੇ ਦਾ ਟਾਈਮ ਆ ਤੇ ਆਈਏ ਆਪਾਂ 11 ਵਜੇ ਹਾਜ਼ਰੀ ਲਾ ਕੇ ਤੇ ਮੈਂ ਆਪਣੇ ਇਹਨਾਂ ਦਾ ਪ੍ਰਾਈਵੇਟ ਸਕੂਲ ਆ ਜੀ ਭੁਪਿੰਦਰ ਸਿੰਘ ਦਾ ਪਰ ਪ੍ਰਾਈਵੇਟ ਸਕੂਲ ਆ ਨਾਲ ਕਿਹੜੀ ਜਗ੍ਹਾ ਪ੍ਰਾਈਵੇਟ ਸਕੂਲ ਚ ਪਾਸਰ ਕੇ ਬਾਸਰ ਕੇ ਇਹਨਾਂ ਦਾ ਪਿੰਡ ਆ ਜੀ ਅੱਛਾ ਜੀ ਤੇ ਇਹਨਾਂ ਦਾ ਪ੍ਰਾਈਵੇਟ ਸਕੂਲ ਹੈ ਇਹ ਤਦ ਕਰਕੇ ਮਾਹੌਲ ਖਰਾਬ ਕਰ ਰਹੇ ਕਿਉਂਕਿ ਹ ਠੀਕ ਹੈ ਜੀ ਇਹਨਾਂ ਨੂੰ ਇਹ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਫੇਰ ਮਤਲਬ ਕਿ ਮੈਂ ਆਪਣਾ ਜਿਹੜਾ ਵਾ ਮੇਰੀ ਫਰ ਲੋ ਮਿਲੇ ਮੈਨੂੰ ਤੇ ਮੈਂ ਆਪਣੇ ਜਾ ਕੇ ਬੱਚਿਆਂ ਦੇ ਪੇਪਰ ਕਰਵਾਵਾ ਠੀਕ ਹੈ ਇਹਨਾਂ ਦਾ ਇਹ ਵਰਤੀਰਾ ਵੇਖਦਾ ਸ਼ੁਰੂ ਤੋਂ ਹੀ ਜਿਹੜੇ ਕਿ ਇਹ ਇਹ ਮੈਨੂੰ ਨਹੀਂ ਜਾਣਦੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਦੀ ਇਹਨਾਂ ਨੇ ਆਉਂਦਿਆਂ ਹੀ ਗਾਲੀ ਗਲੋਚ ਕੀਤਾ ਮੈਨੂੰ ਬਦਤਮੀਜ਼ੀ ਨਾਲ ਬੋਲੇ ਆ ਇੱਥੋਂ ਤੱਕ ਕਿ ਪੱਟਾਂ ਦੇ ਹੱਥ ਹੱਥ ਮਾਰ ਕੇ ਮੈਂ जाट ਹਾਂ ਮਜਾਟ ਤੁਸੀਂ ਕੀ ਜੇ ਰੰਦਾਵੇ ਤੋਂ ਪਤਾ ਲੱਗ ਜਾਂਦਾ ਮੇਰੀ ਕਾਸ ਤੋਂ ਮੈਨੂੰ ਪਤਾ ਲੱਗ ਜਾਣਾ ਵੀ ਮੈਂ ਕੀ ਚੀਜ਼ ਹਾਂ ਠੀਕ ਹੈ ਜੀ ਮੈਨੂੰ ਕੋਈ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈਗੀ ਆਪਾਂ ਆਪਣੇ ਬੋਲ ਕੇ ਨਹੀਂ ਦੱਸ ਸਕਦੇ ਵੀ ਆਪਾਂ ਕੀ ਚੀਜ਼ ਹਾਂ ਬਿਲਕੁਲ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਵੀ ਇਸ ਤਰ੍ਹਾਂ ਬੋਲ ਕੇ ਮੈਂ ਤੈਨੂੰ ਹੈਡ ਨਹੀਂ ਮੰਨਦਾ ਮੈਂ ਆਂਦਾ ਤੈਨੂੰ ਇੱਥੇ ਰਹਿਣ ਦੇ ਪਹਿਲੇ ਦਿਨ ਮੈਨੂੰ ਇਹਨਾਂ ਨੇ ਚੈਲੰਜ ਕੀਤਾ ਅੱਜ ਅੱਜ ਮੈਮ ਅਪ ਗੱਲ ਲੰਬੀ ਨਾ ਕਰੀ ਅੱਜ ਜਿਹੜਾ ਵਿਵਾਦ ਹੋਇਆ ਕਿਸ ਚੀਜ਼ ਨੂੰ ਲੈ ਕੇ ਹੋਇਆ ਕੀ ਹੋਇਆ ਸਰ ਇਹ ਵਿਵਾਦ ਅੱਜ ਦਾ ਨਹੀਂਗਾ 19 ਤਰੀਕ ਤੋਂ ਸ਼ੁਰੂ ਹੋਇਆ ਵਾ ਤਾਨੂੰ ਅੱਜ ਸੱਦਿਆ ਗਿਆ 19 ਤਰੀਕ ਤੋਂ ਰੋਜ਼ ਮੇਰੇ ਰਿਪੋਰਟਸ ਵੀਡੀਓ ਬਣ ਰਹੀਆਂ ਮੇਰੀਆਂ ਵੀਡੀਓ ਬਣਾਉਂਦੇ ਆ ਇੱਥੇ ਨੈਟ ਨਹੀਂ ਆਉਂਦਾ ਮੈਂ ਉੱਥੇ ਜਾ ਕੇ ਆਪਣੇ ਗੂਗਲ ਸ਼ੀਟਸ ਜੋ ਵੀ ਆਪਣਾ ਮਹਿਕਮੇ ਦੇ ਕੰਮ ਹੈ ਸਿਹਰਿਆਣੇ ਕਿ ਆਪਣੇ ਕਰਨੇ ਹੁੰਦੇ ਜੀ ਇਹ ਗੱਲ ਕਰਦੇ ਆ ਨਾ ਕਿ ਅੰਦਰ ਬੈਠੇ ਰਹਿੰਦੇ ਮੈਂ ਆਪਣੇ ਜਿਹੜੀਆਂ ਸੀਟਾਂ ਵਾਂ ਆਪਣਾ ਜੋ ਵੀ ਆਪਣੇ ਰਿਕਾਰਡ ਹੈ ਮੈਂ ਉਹਨਾਂ ਦੀ ਇੱਕਦਮ ਛੁੱਟੀ ਆਈ ਸੱਚ ਦੇਵਾ ਸਰਦੀ ਭਰਨ ਗਈ ਇਹਨਾਂ ਪਹਿਲੇ ਦਿਨ ਜਿੱਥੋਂ ਗੱਲ ਸ਼ੁਰੂ ਕੀਤੀ ਆ ਇਹ ਅੰਦਰ ਬੈਠੇ ਰਹਿੰਦੀ ਹੈ ਲੱਖ ਰੁਪਈਆ ਤਨਖਾਹ ਲੈਂਦੀ ਜੀ ਇਹ ਵੋ ਹਨਾ ਇਤਰਾਣੀ ਗੱਲ ਕੀਤੀ ਇਹਨਾਂ ਨੇ ਕੰਮ ਲਗਾ ਰਹੇ ਨੇ ਕਿ ਗਾਲੀ ਗਲੋਚ ਕੀਤਾ ਮੇਰੇ ਨਾਲ ਇਹੋ ਕੁਲ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਸਰ ਜਿੱਥੋਂ ਮੈਂ ਇਹ ਗੱਲ ਕੀਤੀ ਵੀ ਘਰ ਤੁਸੀਂ ਆਪਣੀ ਕੁੜੀ ਦੇ ਨਾਲ ਵੀ ਇਸ ਤਰ੍ਹਾਂ ਗੱਲ ਕਰਦੇ ਮੇਰਾ ਇਹ ਜਵਾਬ ਸੀ ਜੀ ਜੀ ਮੇਰਾ ਇਹ ਜਵਾਬ ਜਿਹੜੇ ਨੇ ਮੈਨੂੰ ਗੱਲਾਂ ਕਿ ਕੀਤੀਆਂ ਮੈਂ ਹੁਣ ਇਹ ਚੀਜ਼ ਵੇਖਣੀ ਵੀ ਉਹ ਚੀਜ਼ ਤੁਸੀਂ 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 ਆਪ ਅੰਦਾਜ਼ਾ ਲਗਾਓ ਕਿ ਜਿਸ ਸਕੂਲ ਦੇ ਵਿੱਚ ਅਜਹੀਆਂ ਗਾਲਾਂ ਛੋਟੇ ਬੱਚਿਆਂ ਸਾਹਮਣੇ ਵਰਤੀਆਂ ਜਾਂਦੀਆਂ ਹੁਣ ਅਜਿਹੇ ਬੱਚੇ ਘਰੋਂ ਸਿੱਖਿਆ ਲੈਣ ਆਉਂਦੇ ਨੇ ਜਿੱਥੇ ਇਹੋ ਜਿਹੀਆਂ ਗਾਲਾਂ ਕੱਢੀਆਂ ਜਾਂਦੀਆਂ ਹੁਣ ਉਹ ਬੱਚੇ ਜਿਹੜੇ ਆ ਉਹ ਕੀ ਸਿੱਖਿਆ ਜਿਹੜੀ ਉਹ ਲੈਣਗੇ ਤੇ ਮੈਮ ਜੇ ਗੱਲ ਕਰਾਂ ਤਾਂ ਲੱਗਦਾ ਨਹੀਂ ਤੁਹਾਨੂੰ ਕਿ ਸਕੂਲ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਐ ਇਸੇ ਚੱਲਦਾ ਹੈ ਐਸੇ ਕਰਕੇ ਸਰ ਮੈਂ ਆਪਣੇ ਅਫਸਰ ਸਾਹਿਬਾਂ ਨੂੰ ਦੱਸਿਆ ਸੀਗਾ ਵੀ ਮੈਂ ਇਸ ਸਕੂਲ 'ਚ ਜੁਆਇਨ ਕੀਤੀ ਆ ਤੇ ਮੈਨੂੰ ਇੱਥੇ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਵਾ ਮੇਰੇ ਬੱਚੇ ਜਿਹੜੇ ਖਰਾਬ ਕੀਤੇ ਜਾ ਰਹੇ ਮੈਨੂੰ ਨਾ ਚਾਰਜ ਦਿੱਤਾ ਗਿਆ ਨਾ ਮੈਨੂੰ ਕੋਈ ਕਿਸੇ ਕਿਸਮ ਦੇ ਵਿੱਚ ਮੈਨੂੰ ਵੀ ਹੈੱਡ ਦੇ ਨਾਤੇ ਕੋ ਕਿ ਠੀਕ ਹੈ ਜੀ ਤੁਹਾਡੀ ਇਮਾਰਤ ਦੀ ਜਿਹੜੀ ਹਾਲਤ ਆ ਬੇहद ਖਸਤਾ ਜਦਕਿ ਦੂਜੇ ਸਕੂਲਾਂ ਦੇ ਵਿੱਚ ਸਾਰੀਆਂ ਬਣਦੀ ਸਹੂਲਤਾਂ ਪਹੁੰਚ ਚੁੱਕੀਆਂ ਲੱਗਦਾ ਨਾ ਤੁਹਾਨੂੰ ਵੀ ਇਹੀ ਵਿਵਾਦ ਜਿਹੜਾ ਕਿਤੇ ਸਕੂਲ ਦੀ ਤਰੱਕੀ ਨਹੀਂ ਹੁੰਦੀ ਸਰ ਇਹ ਪਹਿਲਾਂ ਵੀ ਵਿਵਾਦ ਇਹਨਾਂ ਦਾ ਇਹੀ ਰਿਹਾ ਮੈਂ ਤੇ ਸਾਲ ਹੋਈ ਆ ਆ ਸਾਲ ਹੋ ਗਿਆ ਮੈਨੂੰ ਆਈ ਨੂੰ ਠੀਕ ਹੈ ਜੀ ਉਦੋਂ ਸਰਪੰਚ ਸਾਹਿਬ ਹੋਣਾ ਨੇ ਇਹ ਆਪਣੇ ਉਹ ਪਾਰ ਹੈ ਦੋ ਕਮਰੇ ਉਹ ਆਪਣਾ ਰੈਗੂਲਰ ਆਪਣਾ ਕੰਮ ਕਰਾ ਰਹੇ ਹੁਣ ਜਿਵੇਂ ਮੰਨ ਲਓ ਕਿ ਪਹਿਲਾਂ 40-45 ਬੱਚੇ ਸੀਗੇ ਹੁਣ ਮਹਿਜ 15-16 ਬੱਚੇ ਰਹਿ ਗਏ ਨੇ ਸਕੂਲ ਦੇ ਵਿੱਚ ਕੀ ਕਾਰਨ ਮੰਨਦੇ ਉਹਨੂੰ ਸਰ ਇਹਨਾਂ ਦੀ ਲੜਾਈ ਝਗੜੇ ਦਾ ਕਾਰਨ ਮੰਨਦੇ ਕਿਉਂਕਿ ਮੇਰੇ ਕੋਲ ਪਹਿਲਾਂ ਵੀ 43 ਬੱਚੇ ਆ ਰਹੇ ਸੀ ਜਿੱਦਣ 19 ਤਰੀਕ ਦੀ ਹਾਜ਼ਰੀ ਤੁਸੀਂ ਪਿੰਡ ਵਾਲਿਆਂ ਕੋਲ ਪੁੱਛ ਲਿਆ ਉਹਦੋਂ ਪੀ ਤਿੰਨ ਬੱਚੇ ਦਿਨ ਬੈਠੇ ਜਿੱਦਣ ਇਹ ਇਹਨਾਂ ਆਣ ਕੇ ਲੜਨਾ ਸ਼ੁਰੂ ਕਰਤਾ ਜਦੋਂ ਆਪਾਂ ਮਾਰਨਿੰਗ ਅਸੈਂਬਲੀ ਕਰਾਉਂਦੇ ਆ ਨਾ ਉਹਦੇ ਵਿੱਚ ਜੋ ਵਰਡ ਆਉਂਦੇ ਉਹਨਾਂ ਦੇ ਗਲਤ ਮੀਨਿੰਗ ਪੀ.ਟੀ ਕਰਾਉਣੇ ਆ ਤੁਸੀਂ ਵੀ ਪੜੇ ਜੇ ਮੈਂ ਵੀ ਪੜੀ ਆ ਮੈਂ ਪੜਾਉਣ ਵੀ ਡਈ ਆ ਆ ਕਿਹੜੀਆਂ ਤਰੀਕਾਂ ਆ ਪੀਟੀਆਂ ਕਿਹੜੀਆਂ ਆ ਇਹ ਮੈਨੂੰ ਦੱਸੋ ਪਹਿਲਾਂ ਹੂੰ ਹੂੰ ਮੈਂ ਵੀਡੀਓ ਬਣਾਈ ਹੋਈਆਂ ਠੀਕ ਹੈ ਜੀ ਜਿਹੜਾ ਉਥੇ ਅਜਿਹਾ ਵਿਚਾਰ ਆਉਂਦਾ ਉਹਦਾ ਗਲਤ ਮਤਲਬ ਕੱਢ ਕੇ ਤੇ ਇਹ ਸ਼ੋਅ ਕੀਤਾ ਇਹ ਨਹੀਂ ਲੱਗਦਾ ਕੀ ਲੱਗਦਾ ਕਿ ਕਿਹੜੀ ਗੱਲੋਂ ਅਜਿਹਾ ਕੀਤਾ ਜਾ ਰਿਹਾ ਕਿਸ ਕਰਕੇ ਕੀਤਾ ਜਾ ਰਿਹਾ ਕਿ ਇਹ ਮੈਨੂੰ ਬਰਦਾਸ਼ਤ ਨਹੀਂ ਕਰਦੇ ਤੇ ਅਸੀਂ ਇਹਨੂੰ ਚਕਾਉਣਾ ਵਾ ਤੇ ਅਸੀਂ ਉਹੀ ਪਹਿਲੇ ਵਾਲੀਆਂ ਵੀ ਸਕੂਲ ਨਾ ਆਈਏ ਆਪਣੇ ਆਪਣੇ ਘਰਾਂ ਦੇ ਕੰਮ ਕਰੀਏ ਤੇ ਅਸੀਂ ਇੱਥੇ ਸਕੂਲ 'ਚ ਹਾਜ਼ਰ ਨਹੀਂ ਹੁੰਦੇ ਹੁਣ ਜਿਹੜੇ 43 ਬੱਚੇ ਸੀ ਮਹਿਜ 15 16 ਬੱਚੇ ਰਹਿ ਗਏ ਬਾਕੀ ਬੱਚੇ ਪ੍ਰਾਈਵੇਟ ਸਕੂਲ ਵੱਲ ਜਾ ਰਹੇ ਲੱਗਦਾ ਨਹੀਂ ਕਿ ਨੁਕਸਾਨ ਹੋ ਰਿਹਾ ਬੱਚਿਆਂ ਦਾ ਪੜ ਇਹਨਾਂ ਦੇ ਬੱਚੇ ਇਹਨਾਂ ਦੇ ਕੋਲ 12 ਬੱਚ ਠੀਕ ਹੈ ਜੀ ਤੀਜੀ ਪੰਜਵੀਂ ਮੇਰੇ ਕੋਲ ਹੈ ਮੈਂ ਪਿਛਲੇ ਹਫਤੇ ਪੰਜਵੀਂ ਦੇ ਪੇਪਰ ਲੈ ਰਹੇ ਹਾਂ ਸੱਤੇ ਦੇ ਸੱਤੇ ਦੇ ਨਕਲੀਚ ਵੀ ਮੈਂ ਰੈਗੂਲਰ ਹੈ ਇੱਥੇ ਕੋਈ ਰੈਗੂਲਰ ਨਹੀਂ ਸੀ ਸਕੂਲ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਸੀ ਹਨਾ ਤੇ ਸਕੂਲ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਬੱਚਿਆਂ ਦੀ ਗਿਣਤੀ ਤੋਂ ਪਤਾ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਇੱਥੇ ਕਿੰਨੇ ਕੁ ਟੀਚਰ ਰੈਗੂਲਰ ਆ ਤੇ ਕਿੰਨੇ ਕੁ ਬੱਚੇ ਤੁਹਾਡੇ ਕਹਿੰਦਾ ਮਤਲਬ ਵੀ ਜਾਣ ਬੁੱਝ ਕੇ ਇਲਜ਼ਾਮ ਲਗਾਏ ਬਿਲਕੁਲ ਜਾਣ ਬੁੱਝ ਕੇ ਸਰ ਲਾ ਰਿਹਾ ਬਾਕੀ ਤੁਸੀਂ ਮੇਰਾ ਹਾਜ਼ਰ ਰਜਿਸਟਰ ਚੈੱਕ ਕਰ ਸਕਦੇ ਜੇ ਉੱਥੇ ਕੁਐਸਚਨ ਮਾਰਕ ਪਏ ਹੋਏ ਆ ਕਿਉਂਕਿ ਇਹ ਜਾਣ ਲੱਗੇ ਹਾਜ਼ਰੀ ਉਹ ਜਿਹੜੇ ਤੁਸੀਂ ਸੱਚ ਦੇਵੇ ਦੀ ਲਈ ਹੈ ਨਾ ਉਹ ਹਾਜ਼ਰੀ ਨਹੀਂ ਲਾਂਦਾ ਇਸ ਕਰਕੇ ਹੈਡਨ ਹੋਣ ਦੇ ਨਾਲ ਤੇ ਮੈਂ ਕੁਐਸਚਨ ਮਾਰਕ ਪਾ ਸਕਦੀ ਵੀ ਬੰਦਾ ਕਿੱਥੇ ਗਿਆ ਕਿਉਂਕਿ ਛੁੱਟੀ ਨੇ ਆਣ ਕੇ ਪੁੱਛਣਾ ਪਤਾ ਤੁਹਾਡਾ ਟੀਚਰ ਕਿੱਥੇ ਉੱਥੇ ਜਵਾਬ ਦੇ ਮੈਂ ਬਣ ਜਾਨੀ ਬਿਲਕੁਲ ਜੀ ਵਿਵਾਦ ਸਕੂਲ ਦਾ ਚੱਲ ਰਿਹਾ ਲੰਬੇ ਸਮੇਂ ਤੋਂ ਚੱਲ ਰਿਹਾ ਨਵਾਂ ਨਹੀਂ ਹੈ ਪਰ ਇਥੇ ਗੱਲ ਇਹ ਹੈ ਕਿ ਧੜੇ ਜਣੇ ਦੇ ਉਹ ਬਣੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜੇ ਵੇਖਿਆ ਜਾਵੇ ਤਾਂ ਸਕੂਲ ਜਿਹੜੇ ਹੈਡ ਟੀਚਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਤੇ ਭਪਿੰਦਰ ਸਿੰਘ ਅਧਿਆਪਕ ਨੇ ਜਾਂ ਸਚਦੇਵਾ ਜੀ ਨੇ ਉਹ ਆਪਸ ਦੇ ਵਿੱਚ ਰਲੇ ਹੋਏ ਨੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਦੇ ਨੇ ਪਰ ਦੂਸਰੇ ਪਾਸੇ ਭਪਿੰਦਰ ਸਿੰਘ ਦੂਸਰੇ ਪਾਸੇ ਭពਿੰਦਰ ਬੱਚਿਆਂ ਦੀ ਸਟੇਟਮੈਂਟ ਅਹੀਂ ਨਹੀਂ ਲੈ ਸਕਦੇ ਛੋਟੇ ਬੱਚੇ ਦੀ ਔਰ ਦੂਸਰੇ ਪਾਸੇ ਜਿਹੜੇ ਬੱਚੇ ਨੇ ਜਾਂ ਜਿਹੜੇ ਹੈਡ ਟੀਚਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਚਦੇਵਾ ਜੀ ਵੱਲੋਂ ਤੇ ਭពਿੰਦਰ ਜੀ ਵੱਲੋਂ ਗਾਲੀ ਗਲੋਚ ਕੀਤਾ ਜਾਂਦਾ ਪਰ ਦੂਸਰੇ ਪਾਸੇ ਭពਿੰਦਰ ਸਿੰਘ ਤੇ ਸਚਦੇਵਾ ਜੀ ਦਾ ਕਹਿਣਾ ਹੈ ਕਿ ਮੈਡਮ ਵੱਲੋਂ ਜਿਹੜੀ ਉਹਨਾਂ ਨੂੰ ਕੁੜੀਆਂ ਦੀਆਂ ਗਾਲਾਂ ਜਿਹੜੀਆਂ ਕੱਢੀਆਂ ਜਾਂਦੀਆਂ ਨੇ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇਹ ਸਿੱਖਿਆ ਦਾ ਮੰਦਰ ਆ ਇਥੇ ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਨੇ ਇਥੇ ਛੋਟੇ ਬੱਚੇ ਪੜ੍ਹਦੇ ਨੇ ਔਰ ਜਿਹੜੇ ਮਾਪੇ ਇਥੇ ਆਸਾਂ ਲਗਾ ਕੇ ਬੱਚਿਆਂ ਨੂੰ ਭੇਜਦੇ ਹੋਣਗੇ ਕਿ ਸਾਡੇ ਬੱਚੇ ਤੋਂ ਕੁਝ ਚੰਗਾ ਸਿੱਖ ਕੇ ਆਉਣਗੇ ਪਰ ਜੇਕਰ ਸਕੂਲ ਦਾ ਅਜੇਹਾ ਮਾਹੌਲ ਹੋਵੇਗਾ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ ਕਿ ਇਥੋਂ ਬੱਚੇ ਜਿਹੜੇ ਕਿਹੋ ਜੀ ਸਿੱਖਿਆ ਲੈ ਕੇ ਜਾਣਗੇ ਮੈਂ ਸਰਕਾਰ ਕੋਲੋਂ ਸਵਾਲ ਕਰਦਾ ਮੈਂ ਅਮਰ ਸਰ ਦੇ ਡੀਏ ਡੀਓ ਸਾਹਿਬ ਨੇ ਉਹਨਾਂ ਦੇ ਕੋਲੋਂ ਇਹ ਸਵਾਲ ਕਰਦਾ ਸਕੂਲ ਦੇ ਪ੍ਰਬੰਧਕਾਂ ਪਿੰਡ ਦੀ ਪੰਚਾਇਤ ਦੇ ਕੋਲੋਂ ਸਵਾਲ ਕਰਦਾ ਕਿ ਆਖਰ ਸਕੂਲ ਦੀ ਤਰੱਕੀ ਵੱਲ ਤਾਂ ਕੋਈ ਧਿਆਨ ਨਹੀਂ 45 ਬੱਚੇ ਸੀ ਮਹਿਜ ਹੁਣ 15 ਬੱਚੇ ਰਹਿ ਗਏ ਨੇ ਉਸ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਬੱਚੇ ਪ੍ਰਾਈਵੇਟ ਸਕੂਲਾਂ ਚ ਚਲੇਗੇ ਨੇ ਪਰ ਆਪਸੀ ਜਿਹੜਾ ਵਿਵਾਦ ਆ ਉਹ ਲਗਾਤਾਰ ਇਹਨਾਂ ਦਾ ਗਾਲੀ ਗਲੋਚਦਾ ਵਧਦਾ ਜਾ ਰਿਹਾ ਔਰ ਬੱਚਿਆਂ ਦਾ ਭਵਿੱਖ ਕਿਦਰਾ ਕਿਦਰੇ ਖਰਾਬ ਹੋ ਰਿਹਾ ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਤਾਂ ਜੋ ਦੂਸਰੇ ਜਿਹੜੇ ਕੋਈ ਅਜਿਹੇ ਅਧਿਆਪਕ ਕਿਤੇ ਸੁਣਦੇ ਦੇਖਦੇ ਹੋਣ ਤਾਂ ਉਹਨਾਂ ਨੂੰ ਇੱਕ ਸਬਕ ਮਿਲ ਸਕੇ ਸਰਵਨ ਸਰ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਬਜਾਏ ਦੇ ਨਾਲ ਸ਼੍ਰੀ ਅਮਰਸਰ ਸਾਹਿਬ ਤੋਂ